ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਗਾਇਕ ਜਿਸ ਦਾ ਗਾਣਾ ਹਰ ਕੋਈ ਸੁਣਦੇ ਹੀ ਵੱਧ ਚੜ੍ਹ ਕੇ ਉਸਨੂੰ ਸਪੋਰਟ ਵੀ ਕਰਦਾ ਹੈ ਅਤੇ ਉਹਨਾਂ ਨੂੰ ਪਿਆਰ ਵੀ ਬਹੁਤ ਜ਼ਿਆਦਾ ਮਿਲਦਾ, ਕਿਉਂਕਿ ਉਹਨਾਂ ਦੀ ਗਾਇਕੀ ਇੰਨੀ ਜ਼ਿਆਦਾ ਬੁਲੰਦ ਹੈ ਨਾ ਕਿ ਪੁੱਛੋ ਹੀ ਨਾ, ਖਾਸ ਕਰ ਕੁੜੀਆਂ, ਕਿਉਂਕਿ ਉਹ ਗਾਣੇ ਜ਼ਿਆਦਾ ਕੁੜੀਆਂ ਦੇ ਉੱਪਰ ਹੀ ਗਾਉਂਦੇ ਨੇ, ਕੁੜੀਆਂ ਨੂੰ ਲੈ ਕੇ, ਕੁੜੀਆਂ ਨੂੰ ਫੀਲ ਕਰਕੇ ਗਾਉਂਦੇ ਨੇ, ਅਤੇ ਇਸ ਕਰਕੇ ਕੁੜੀਆਂ ਉਹਨਾਂ ਦੇ ਗਾਣਿਆਂ ਨੂੰ ਬਹੁਤ ਵੱਧ ਚੜ੍ਹ ਕੇ ਪਸੰਦ ਕਰਦੀਆਂ ਨੇ। ਪਰ ਇੱਕ ਅਜਿਹੀ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਕਿ ਅਜਿਹੀ ਕਲਾਕਾਰ ਜਿਹੜੀ ਹੈ ਉਹਨਾਂ ਨੇ ਕਿਸੇ ਤੋਂ ਵੀ ਗਾਇਕੀ ਨਹੀਂ ਸਿੱਖੀ, ਨਾ ਕਿਸੇ ਨੂੰ ਆਪਣਾ ਗੁਰੂ ਬਣਾਇਆ, ਬਲਕਿ ਉਹਨਾਂ ਨੂੰ ਇਹ ਗਾਇਕੀ ਜਿਹੜੀ ਉਹ ਵਿਰਾਸਤ ਦੇ ਵਿੱਚ ਹੀ ਮਿਲੀ ਹੈ। ਅਸੀਂ ਗੱਲ ਕਰ ਰਹੇ ਹਾਂ ਅਫਸਾਨਾ ਖਾਨ ਦੀ। ਅਫਸਾਨਾ ਖਾਨ ਜੋ ਅੱਜ ਦੇ ਟਾਈਮ ਬਹੁਤ ਵੱਧ ਚੜ੍ਹ ਕੇ ਜਿਹੜਾ ਹੈ ਪਸੰਦ ਕੀਤਾ ਜਾਂਦਾ ਲੋਕਾਂ ਨੂੰ, ਉਹਨਾਂ ਦੀ ਗਾਇਕੀ ਇੰਨੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਹੋ ਜਿੱਥੇ ਉਹ ਲਗਾਤਾਰ ਅਫਸਾਨਾ ਖਾਨ ਲਾਈਵ ਸ਼ੋਜ਼ ਕਰਦੀ ਹੋਈ ਵੀ ਨਜ਼ਰ ਆਈ ਹੈ। ਅਫਸਾਨਾ ਖਾਨ ਨੇ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਸਟਰਗਲ ਕੀਤਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਤੋਂ ਇਲਾਵਾ ਅਫਸਾਨਾ ਖਾਨ ਨੇ ਕੋਈ ਚੀਜ਼ ਨਹੀਂ ਛੱਡੀ ਜੋ ਹਰ ਕੁੜੀ ਚਾਹੁੰਦੀ ਹੈ ਕਿ ਹਾਂ ਮੇਰਾ ਇਹ ਸੁਪਨਾ ਪੂਰਾ ਹੋਵੇ, ਉਹ ਅਫਸਾਨਾ ਖਾਨ ਨੇ ਜ਼ਰੂਰ ਪੂਰਾ ਕੀਤਾ। ਅੱਜ ਅਸੀਂ ਤੁਹਾਨੂੰ ਅਫਸਾਨਾ ਖਾਨ ਦੇ ਜੀਵਨ ਸਟਰਗਲ ਅਤੇ ਉਹਨਾਂ ਦੀ ਲਾਈਫ ਸਟਾਈਲ ਬਾਰੇ ਜ਼ਰੂਰ ਚਰਚਾ ਕਰਾਂਗੇ, ਅਤੇ ਇਸਦੇ ਨਾਲ ਹੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਏ ਅਫਸਾਨਾ ਖਾਨ ਦੇ ਰੀਅਲ ਨੇਮ ਦੀ, ਤਾਂ ਅਫਸਾਨਾ ਖਾਨ ਦਾ ਰੀਅਲ ਨੇਮ ਅਫਸਾਨਾ ਖਾਨ ਹੈ ਅਤੇ ਨਿਕਨੇਮ ਉਹਨਾਂ ਦਾ ਅਫਸੂ ਹੈ, ਅਤੇ ਹੁਣ ਅਫਸੂ ਤੋਂ ਉਹ ਅਫਸਾਜ਼ ਹੋ ਗਈ ਹੈ ਕਿਉਂਕਿ ਉਹਨਾਂ ਨੇ ਸਾਜ ਦੇ ਨਾਲ ਹੀ ਵਿਆਹ ਕਰਾ ਲਿਆ। ਅਫਸਾਨਾ ਖਾਨ ਦਾ ਜਨਮ 13 ਜੂਨ 1994 ਨੂੰ ਸ਼੍ਰੀ ਮੁਕਤਸਰ ਸਾਹਿਬ ਪਿੰਡ ਬਾਦਲ 'ਚ ਹੋਇਆ। ਅਫਸਾਨਾ ਦਾ ਜਨਮ ਇੱਕ ਗਰੀਬ ਪਰਿਵਾਰ 'ਚ ਹੋਇਆ ਸੀ, ਜਿਸ ਕਾਰਨ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਸਟਰਗਲ ਦੇਖਿਆ। ਉਹਨਾਂ ਦੇ ਪਿਤਾ ਦਾ ਨਾਮ ਸ਼ੀਰਾ ਖਾਨ ਹੈ ਜੋ ਖੁਦ ਵੀ ਬਹੁਤ ਵਧੀਆ ਸਿੰਗਿੰਗ ਕਰਦੇ ਸੀ, ਅਤੇ ਹੁਨਰ ਹੈ ਅਫਸਾਨਾ ਖਾਨ ਨੂੰ ਤਾਂ ਮਿਲਣਾ ਹੀ ਸੀਗਾ, ਅਤੇ ਉਹਨਾਂ ਦੇ ਮਾਂ ਦਾ ਨਾਮ ਆਸ਼ਾ ਬੇਗਮ ਹੈ, ਅਤੇ ਇਸ ਤੋਂ ਇਲਾਵਾ ਉਹਨਾਂ ਦੇ 4 ਭੈਣਾਂ ਅਤੇ 1 ਭਰਾ ਹੈ। ਉਹਨਾਂ ਦਾ ਭਰਾ ਖੁਦਾ ਬਖਸ਼, ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਵੈਸੇ ਤਾਂ ਅਫਸਾਨ ਆਪਣੀ ਪੂਰੀ ਫੈਮਲੀ ਨੂੰ ਬਹੁਤ ਬੇਇੰਤਹਾ ਪਿਆਰ ਕਰਦੀ ਹੈ, ਪਰ ਉਹਨਾਂ ਨੇ ਆਪਣੀ ਮਾਂ ਅਤੇ ਭਰਾ ਦੇ ਨਾਂ ਦਾ ਟੈਟੂ ਆਪਣੀ ਬਾਹਾਂ 'ਤੇ ਬਣਾਇਆ ਹੋਇਆ। ਅਫਸਾਨਾ ਖਾਨ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਅਫਸਾਨਾ ਖਾਨ ਨੇ ਆਪਣੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਪੂਰੀ ਕੀਤੀ ਹੈ, ਅਤੇ ਆਪਣੀ ਕਾਲਜ ਦੀ ਪੜ੍ਹਾਈ ਖਾਲਸਾ ਕਾਲਜ ਪਟਿਆਲਾ 'ਚ ਪੂਰੀ ਕੀਤੀ। ਦੱਸ ਦਈਏ ਕਿ ਬਚਪਨ 'ਚ ਹੀ ਅਫਸਾਨਾ ਦੇ ਪਿਤਾ ਦੀ ਮੌਤ ਹੋਣ ਕਾਰਨ ਸਾਰੀ ਜ਼ਿੰਮੇਦਾਰੀ ਅਫਸਾਨਾ ਦੀ ਮਾਂ ਦੇ ਮੋਢਿਆਂ ਦੇ ਉੱਤੇ ਆ ਗਈ, ਜਿੱਥੇ ਉਹ ਲੋਕਾਂ ਦੇ ਘਰ ਘਰ ਜਾ ਕੇ ਕੰਮ ਕਰਦੀ ਤਾਂ ਆਪਣੀ ਫੈਮਲੀ ਦਾ ਪੇਟ ਭਰਦੀ ਸੀ, ਜੋ ਕਿ ਅਫਸਾਨਾ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਜਦੋਂ ਅਫਸਾਨਾ ਪਟਿਆਲਾ ਦੇ ਵਿੱਚ ਪੜ੍ਹਾਈ ਕਰਦੀ ਸੀ ਤਾਂ ਉਹ ਪੀਰਾਂ ਦੀ ਦਰਗਾਹਾਂ 'ਤੇ ਜਾਇਆ ਕਰਦੀ ਸੀ, ਜਿੱਥੇ ਵੀ ਪੀਰਾਂ ਦੀ ਦਰਗਾਹਾਂ ਦੇ ਮੇਲੇ ਲੱਗਦੇ ਸੀ ਉੱਥੇ ਅਫਸਾਨਾ ਖਾਨ ਜਾ ਕੇ ਲਾਈਵ ਗਾਉਣ ਲੱਗ ਜਾਂਦੀ ਸੀ। ਪਰ ਜਦੋਂ ਵੀ ਕਿਸੇ ਵੱਡੇ ਸਿੰਗਰ ਨੇ ਆਉਣਾ ਹੁੰਦਾ ਸੀ ਤਾਂ ਅਫਸਾਨਾ ਦਾ ਗਾਣਾ ਵਿੱਚੇ ਹੀ ਰੋਕ ਦਿੱਤਾ ਜਾਂਦਾ ਸੀ। ਇੰਨਾ ਹੀ ਨਹੀਂ, ਕਈ ਵਾਰ ਉਹਨਾਂ ਨੂੰ ਗਾਉਣ ਦਾ ਟਾਈਮ ਵੀ ਨਹੀਂ ਸੀ ਦਿੱਤਾ ਜਾਂਦਾ। ਜੇ ਗਾਉਣ ਦਾ ਮੌਕਾ ਵੀ ਮਿਲਦਾ ਹੈ ਤਾਂ ਅਫਸਾਨਾ ਨੂੰ 1100, 2100 ਜਾਂ ਫਿਰ 5100 ਰੁਪਏ ਲਿਫਾਫੇ ਦੇ ਵਿੱਚ ਪਾ ਕੇ ਦਿੱਤੇ ਜਾਂਦੇ ਸੀ। ਤੁਹਾਨੂੰ ਦੱਸ ਦਈਏ ਕਿ ਅਫਸਾਨਾ ਖਾਨ ਨੇ ਕਦੀ ਵੀ ਮਿਊਜ਼ਿਕ ਨਹੀਂ ਸਿੱਖਿਆ, ਇਹ ਕਲਾ ਉਹਨਾਂ ਨੂੰ ਪੈਦਾਇਸ਼ੀ ਮਿਲੀ ਹੈ, ਅਤੇ ਉਹਨਾਂ ਦੀ ਦਬੰਗ ਆਵਾਜ਼ ਜੋ ਕਿ ਗੋਡ ਗਿਫਟਿਡ ਹੈ, ਜਿਨ੍ਹਾਂ ਨੂੰ ਤੁਸੀਂ ਸੁਣਨਾ ਬਹੁਤ ਵੱਧ ਚੜ੍ਹ ਕੇ ਪਸੰਦ ਕਰਦੇ ਹੋ। ਸ਼ੋਅ ਵਿੱਚ ਗਾ ਗਾ ਕੇ ਅਫਸਾਨਾ ਦੀ ਆਵਾਜ਼ ਹੋਰ ਨਿਖਰਦੀ ਗਈ। ਸੰਨ 2012 'ਚ ਅਫਸਾਨਾ ਨੇ PTC ਅਤੇ ਵੋਇਸ ਆਫ ਪੰਜਾਬ Season 3 ਦੇ ਵਿੱਚ ਆਡੀਸ਼ਨ ਦਿੱਤਾ, ਅਤੇ ਵਧੀਆ ਪਰਫੋਰਮ ਕਰਨ ਤੋਂ ਬਾਅਦ Top 5 ਵਿੱਚ ਉਹ ਆ ਗਈ, ਅਤੇ ਜਿਸ ਨਾਲ ਅਫਸਾਨਾ ਨੂੰ ਇੱਕ ਵੱਖਰੀ ਪਹਿਚਾਣ ਮਿਲ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਲਾਈਵ ਸ਼ੋਅ ਵੀ ਮਿਲਣ ਲੱਗ ਗਏ। ਇੰਨਾ ਹੀ ਨਹੀਂ, ਅਫਸਾਨਾ ਦੇ ਦੋਸਤਾਂ ਨੇ ਅਫਸਾਨਾ ਨੂੰ Colors TV 'ਤੇ Rising Star ਸ਼ੋਅ ਵਿੱਚ ਜਾਣ ਲਈ ਹੱਲਾਸ਼ੇਰੀ ਵੀ ਦਿੱਤੀ, ਜਿੱਥੇ 2017 'ਚ ਅਫਸਾਨਾ ਖਾਨ ਨੇ Rising Star 'ਚ ਆਡੀਸ਼ਨ ਦਿੱਤਾ। ਉਸ ਸਮੇਂ ਅਫਸਾਨਾ ਨੇ ਹਿੰਦੀ ਗੀਤਾਂ ਦੀ ਕੋਈ ਵੀ ਤਿਆਰੀ ਨਹੀਂ ਸੀ ਕੀਤੀ ਹੋਈ, ਜਿੱਥੇ ਮੌਕੇ 'ਤੇ ਹੀ ਅਫਸਾਨਾ ਨੇ ਰਿਚਾ ਸ਼ਰਮਾ ਦਾ ਗਾਇਆ ਹੋਇਆ ਗੀਤ ਜੱਗ ਸੁਣਾ ਸੁਣਾ ਲਾਗੇ ਸਿਲੈਕਟ ਕਰਕੇ ਤਿਆਰ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ ਇਸ ਗਾਣੇ ਨੂੰ ਪਰਫੋਰਮ ਕੀਤਾ, ਜਿਸ ਤੋਂ ਬਾਅਦ ਜੱਜਿਸ ਨੂੰ ਉਹਨਾਂ ਦਾ ਗਾਣਾ ਵਧੀਆ ਤਾਂ ਲੱਗਾ, ਪਰ ਜੱਜਿਸ ਨੇ ਅਫਸਾਨਾ ਖਾਨ ਨੂੰ 8 ਹੋਰ ਗੀਤ ਗਾਉਣ ਲਈ ਕਿਹਾ।
ਜਿਸ ਤੋਂ ਬਾਅਦ ਅਫਸਾਨਾ ਖਾਨ ਨੇ 8 ਹੋਰ ਗੀਤ ਸੁਣਾਏ ਅਤੇ ਬਾਅਦ ਵਿੱਚ ਜੱਜਿਸ ਨੇ ਆਡੀਸ਼ਨ 'ਚ ਅਫਸਾਨਾ ਖਾਨ ਨੂੰ ਸਿਲੈਕਟ ਕਰ ਲਿਆ। ਸ਼ੋਅ ਦੇ ਪਹਿਲੇ ਦਿਨ ਹੀ ਜੱਜਿਸ ਨੇ ਅਫਸਾਨਾ ਖਾਨ ਦੀ ਦਮਦਾਰ ਆਵਾਜ਼ ਨੂੰ ਦੇਖਦੇ ਹੋਏ ਅਫਸਾਨਾ ਖਾਨ ਨੂੰ ਹੀ ਸਭ ਤੋਂ ਪਹਿਲਾਂ ਪਰਫੋਰਮ ਕਰਨ ਦਾ ਮੌਕਾ ਦਿੱਤਾ ਸੀ। ਅਤੇ ਉਸ ਵੇਲੇ ਅਫਸਾਨਾ ਖਾਨ ਨੇ ਗਾਇਆ ਸੀ ਜੁਗਨੀ, ਅਤੇ ਉਸ ਸਮੇਂ ਫੇਮਸ ਪੰਜਾਬੀ ਐਕਟਰ ਸਿੰਗਰ ਦਲਜੀਤ ਦੋਸਾਂਝ ਵੀ ਉੱਥੇ ਜੱਜ ਸੀ। ਤਾਂ ਜੁਗਨੀ ਸੁਣਦੇ ਹੀ ਦਲਜੀਤ ਦੋਸਾਂਝ ਸਟੇਜ 'ਤੇ ਆਏ ਅਤੇ ਉੱਥੇ ਅਫਸਾਨਾ ਖਾਨ ਦੇ ਪੈਰੀ ਹੱਥ ਲਾ ਕੇ ਕਹਿੰਦੇ ਕਿ ਕੁੜੀਏ ਤੂੰ ਤਾਂ ਪੰਜਾਬ ਦੀ ਲਾਜ ਰੱਖ ਲਈ। ਇੱਦਾਂ ਹੀ ਸ਼ੋਅ ਦੇ ਵਿੱਚ ਅਫਸਾਨਾ ਖਾਨ ਨੂੰ ਵੱਧ ਚੜ ਕੇ ਪਿਆਰ ਮਿਲਦਾ ਰਿਹਾ, ਜਿੱਥੇ ਅਫਸਾਨਾ ਖਾਨ ਨੇ ਰਾਈਜ਼ਿੰਗ ਸਟਾਰ ਦੇ ਫਾਈਨਲ 'ਚ ਟੌਪ 5 ਦੇ ਵਿੱਚ ਆਪਣੀ ਜਗ੍ਹਾ ਵੀ ਬਣਾ ਲਈ, ਜਿਸ ਤੋਂ ਬਾਅਦ ਅਫਸਾਨਾ ਨੂੰ ਹਰ ਕੋਈ ਜਾਣਨ ਲੱਗ ਗਿਆ। ਇੱਕ ਵਾਰ ਅਫਸਾਨਾ ਕੈਨੇਡਾ 'ਚ ਸ਼ੋਅ ਲਗਾਉਣ ਗਈ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਇੱਕ ਮੇਕਅਪ ਆਰਟਿਸਟ ਦੇ ਨਾਲ ਹੋਈ, ਜਿੱਥੇ ਉਸ ਮੇਕਅਪ ਆਰਟਿਸਟ ਨੇ ਕਿਹਾ ਕਿ ਜੇਕਰ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਨਾਲ ਗੀਤ ਗਾਉਣ ਨੂੰ ਮੌਕਾ ਮਿਲੇਗਾ ਤਾਂ ਤੁਸੀਂ ਗਾਓਗੇ? ਤਾਂ ਅਫਸਾਨਾ ਨੇ ਕਿਹਾ ਕਿ ਗਾਉਣਾ ਤਾਂ ਮੇਰਾ ਕੰਮ ਹੈ, ਹਾਂ ਮੈਂ ਜ਼ਰੂਰ ਗਾਵਾਂਗੀ। ਉਸ ਤੋਂ ਅਗਲੇ ਦਿਨ ਹੀ ਜਦ ਅਫਸਾਨਾ ਦਿੱਲੀ ਪਹੁੰਚੀ ਤਾਂ ਉਹਨਾਂ ਨੂੰ ਮਿਊਜ਼ਿਕ ਡਾਇਰੈਕਟਰ ਕਿਡ ਦੀ ਕਾਲ ਆਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਿੱਧੂ ਮੂਸੇਵਾਲੇ ਨਾਲ ਗਾਣਾ ਕਰੋਗੇ? ਤਾਂ ਅਫਸਾਨਾ ਨੇ ਹਾਂ ਕਰ ਦਿੱਤੀ। ਅਗਲੇ ਦਿਨ ਜਦੋਂ ਅਫਸਾਨਾ ਨੇ ਇਹ ਗੀਤ ਡੱਬ ਕੀਤਾ ਤਾਂ ਉਸ ਸਮੇਂ ਸਿੱਧੂ ਮੂਸੇਵਾਲੇ ਉੱਥੇ ਨਹੀਂ ਸੀਗੇ, ਜਿਸ ਤੋਂ ਬਾਅਦ ਸਿੱਧੂ ਨੇ ਜਦ ਅਫਸਾਨਾ ਦੀ ਵੋਕਲ ਸੁਣੀ ਤਾਂ ਬਾਅਦ ਵਿੱਚ ਉਹ ਉੱਥੇ ਆਏ, ਜਿਸ ਤੋਂ ਬਾਅਦ ਉਹਨਾਂ ਨੇ ਅਫਸਾਨਾ ਦੇ ਨਾਲ ਮਿਲ ਕੇ 2019 'ਚ ਤੱਕਾ ਸੌਂਗ ਰਿਲੀਜ਼ ਕੀਤਾ। ਇਹ ਗਾਣਾ ਇੰਨਾ ਜ਼ਿਆਦਾ ਸੁਪਰਹਿੱਟ ਸਾਬਿਤ ਹੋਇਆ ਕਿ ਜਿਸ ਤੋਂ ਬਾਅਦ ਅਫਸਾਨਾ ਖਾਨ ਦੀ ਜ਼ਿੰਦਗੀ ਪੂਰੇ ਤਰੀਕੇ ਦੇ ਨਾਲ ਬਦਲ ਗਈ। ਜਿਸ ਤੋਂ ਬਾਅਦ ਅਫਸਾਨਾ ਖਾਨ ਨੇ ਜਾਨੀ ਦੇ ਨਾਲ ਇੱਕ ਗੀਤ ਵੀ ਕੀਤਾ ਜਿਸਦਾ ਨਾਮ ਸੀ ਜਾਨੀ ਵੇ ਜਾਨੀ। ਇਸ ਗਾਣੇ ਨੂੰ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਅਤੇ ਹੌਲੀ ਹੌਲੀ ਅਫਸਾਨਾ ਖਾਨ ਇੰਡਸਟਰੀ 'ਚ ਸੁਪਰਹਿੱਟ ਗੀਤਾਂ ਨਾਲ ਫੇਮਸ ਹੋ ਗਈ। ਅਤੇ ਕਿਉਂਕਿ ਉਹਨਾਂ ਦੀ ਮਿਹਨਤ ਵੀ ਉਸ ਸਮੇਂ ਬਹੁਤ ਰੰਗ ਲਿਆ ਰਹੀ ਸੀ। ਅਫਸਾਨਾ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਤਿੱਤਲੀਆਂ, ਚੰਡੀਗੜ੍ਹ ਸ਼ਹਿਰ, ਲੁਟੇਰਾ, ਟੂ ਸੀਟਰ, ਜੁੱਤੀ ਚਾੜ ਕੇ, ਧੋਖੇਬਾਜ਼, ਧੱਕਾ, ਕੋਈ ਸੀਤ, ਹੋਰ ਕਈ ਗੀਤ ਸ਼ਾਮਿਲ ਨੇ, ਜਿਸ ਤੋਂ ਬਾਅਦ ਅਫਸਾਨਾ ਖਾਨ ਨੇ ਪੰਜਾਬੀ ਸਿੰਗਰ ਸਾਜ ਨਾਲ ਵਿਆਹ ਕਰਵਾ ਲਿਆ। ਅਫਸਾਨਾ ਖਾਨ ਜਿੱਥੇ ਸਾਨੂੰ ਬਿਗ ਬੋਸ 15 'ਚ ਵੀ ਸਾਨੂੰ ਦੇਖਣ ਨੂੰ ਮਿਲੀ ਹੈ, ਜਿੱਥੇ ਅਫਸਾਨਾ ਨੇ ਪੰਜਾਬੀ ਇੰਡਸਟਰੀ 'ਚ ਹੀ ਨਹੀਂ ਬਲਕਿ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੀ ਪਹਿਚਾਣ ਬਣਾ ਲਈ। ਅਫਸਾਨਾ ਨੇ ਕਈ ਹਿੰਦੀ ਸੌਂਗਸ ਵੀ ਗਾਏ ਜੋ ਕਿ ਜ਼ਿਆਦਾਤਰ ਸੁਪਰਹਿੱਟ ਹੀ ਸਾਬਿਤ ਹੋਏ। ਇਹ ਗੱਲ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਫਸਾਨਾ ਨੂੰ ਗੋਲਡ ਦੇ ਨਾਲ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਪਿਆਰ ਹੈ, ਜਿਸ ਕਾਰਨ ਉਹਨਾਂ ਨੇ ਆਪਣੀ ਇੰਸਟਾ ਆਈਡੀ ਉੱਤੇ ਵੀ ਗੋਲਡ ਕੁਈਨ ਲਿਖਿਆ ਹੋਇਆ। ਅਫਸਾਨਾ ਖਾਨ ਇਕਲੌਤੀ ਇੱਦਾਂ ਦੀ ਸਿੰਗਰ ਹੈ ਜਿਨ੍ਹਾਂ ਆਪਣੇ ਹਰ ਸੁਪਨੇ ਨੂੰ ਪੂਰਾ ਕੀਤਾ ਹੈ, ਅਤੇ ਅੱਜ ਦੇ ਟਾਈਮ ਹਰ ਕਲਾਕਾਰ ਉਹਨਾਂ ਵਰਗੀ ਲਗਜ਼ਰੀ ਲਾਈਫ ਜੀਣਾ ਜ਼ਿਆਦਾ ਪਸੰਦ ਕਰਦਾ ਹੈ। ਤੁਹਾਨੂੰ ਕਿਵੇਂ ਲੱਗੀ ਸਾਡੀ ਅਪਡੇਟ? ਸਾਨੂੰ ਕਮੈਂਟ ਸੈਕਸ਼ਨ 'ਤੇ ਜ਼ਰੂਰ ਦੱਸਣਾ। ਇੱਦਾਂ ਦੀ ਹੋਰ ਮਜ਼ੇਦਾਰ ਐਂਟਰਟੇਨਮੈਂਟ ਵੀਡੀਓਜ਼ ਅਤੇ ਅਪਡੇਟਸ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ।